ਹਾਂਜੀ ਮਾਰਵਾ ਬੈਲਿਵ ਦੇਖ ਰਹੇ ਸਾਰੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਦੀ ਵੀਡੀਓ ਵਿੱਚ ਸਵੇਰ ਦੀ ਇਸ ਵੀਡੀਓ 'ਚ ਆਪਾਂ ਤੁਹਾਨੂੰ ਇੱਕ ਖੁਸ਼ਖਬਰੀ ਦੇਣਾ ਚਾਹੁੰਦੇ ਹਾਂ ਉਸ ਦਾ ਕਾਰਨ ਕੀ ਹੈ ਬਹੁਤੇ ਮੇਰੇ ਭੈਣ ਭਰਾ ਸਬ ਇੰਸਪੈਕਟਰ ਕਨਸਟੇਬਲ ਤੇ ਹੋਰ ਵੀ ਗਵਰਨਮੈਂਟ ਸਰਵਿਸਿਜ਼ ਦੇ ਇਗਜ਼ਾਮ ਦੇ ਰਹੇ ਨੇ ਜਿਸ ਦੇ ਵਿੱਚ ਇੱਕ ਮੁੱਖ ਇਗਜ਼ਾਮ ਪੇਪਰ ਏ ਪੰਜਾਬੀ ਨੂੰ ਲੈ ਕੇ ਕਾਫੀ ਇੱਕ ਸਿਰ ਦੇ ਉੱਤੇ ਬੋਝ ਬਣਿਆ ਹੋਇਆ ਬੱਚਿਆਂ ਨੂੰ ਇਦਾਂ ਲੱਗ ਰਿਹਾ ਵੀ ਜੇ ਉਹ ਕ੍ਰੈਕ ਨਾ ਹੋਇਆ ਸਾਡਾ ਮੇਨ ਇੰਟਰਸਟ ਐਗਜ਼ਾਮ ਜਿੰਦੇ ਲਈ ਅਸੀਂ 4-4 5-5 ਮਹੀਨੇ ਕੋਚਿੰਗਾਂ ਲਿੱਤੀਆਂ ਜਾਂ ਫਿਰ ਘਰੇ ਬੈਠ ਕੇ ਤਿਆਰੀ ਕੀਤੀ ਹੈ ਉਹ ਫਿਰ ਉਹਨਾਂ ਨੇ ਚੈੱਕ ਨਹੀਂ ਕਰਨਾ ਜੇ ਉਹ ਨਾ ਕ੍ਰੈਕ ਹੋਇਆ ਇਸ ਪੇਪਰ ਨੂੰ ਲੈ ਕੇ ਮੈਂ ਤੁਹਾਡੀ ਇੱਕ ਟੈਨਸ਼ਨ ਨੂੰ ਦੂਰ ਕਰਨਾ ਚਾਹਨਾ ਸੋ ਇਸ ਵੀਡੀਓ ਨਾਲ ਤੁਸੀਂ ਪਹਿਲਾਂ ਬਣੇ ਰਹੋ ਠੀਕ ਹੈ ਤੇ ਨਾਲ ਹੀ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਨਵੇਂ ਆਏ ਹੋ ਤੇ ਬੈਲ ਆਈਕਨ ਪ੍ਰੈਸ ਕਰਨਾ ਬਿਲਕੁਲ ਨਾ ਭੁੱਲਿਓ ਹਾਂਜੀ ਦੋਸਤੋ ਮੈਂ ਐਨਾਲਿਸਿਸ ਕੀਤਾ ਹੈ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੇ ਹੁਣ ਐਗਜ਼ਾਮ ਹੋ ਰਿਹਾ ਹੈ ਮੈਂ ਸਾਰੇ ਸਟੂਡੈਂਟਸ ਨਾਲ ਗੱਲਬਾਤ ਕਰ ਰਿਹਾ ਹਾਂ ਤੁਹਾਡੇ ਤੋਂ ਪਹਿਲਾਂ ਮੈਂ ਉਹਨਾਂ ਤੋਂ ਜਾਣਕਾਰੀ ਲੈਣਾ ਹੁੰਨਾ ਵੀ ਬੱਚੇ ਕਿਸ ਲੈਵਲ ਦਾ ਪੇਪਰ ਦੇ ਕੇ ਆ ਰਹੇ ਨੇ ਕਿ ਕੁਝ ਉੱਥੇ ਮਤਲਬ ਕਿ এনवायरमेंट ਮਿਲ ਰਿਹਾ ਉਹਨਾਂ ਨੂੰ ਤੇ ਕਾਫੀ ਕੁਝ ਮੈਨੂੰ ਪਤਾ ਚੱਲਿਆ ਵੀ ਕਿਹੜੀਆਂ-ਕਿਹੜੀਆਂ ਨਿਊ ਟਾਈਪਸ ਆਈਆਂ ਉਹ ਮੈਂ ਤੁਹਾਨੂੰ ਕਲੀਅਰ ਕਰਾਉਂਗਾ ਆਉਣ ਵਾਲੀ ਵੀਡੀਓਜ਼ ਦੇ ਵਿੱਚ ਵੀ ਮੈਥ ਦੀਆਂ ਕਿਹੜੀਆਂ ਨਿਊ ਟਾਈਪਸ ਆਈਆਂ ਉਹਨਾਂ ਨੂੰ ਤੁਸੀਂ ਇੱਕ ਵਾਰ ਰਿਵਾਈਜ਼ ਕਰ ਲਵੋ ਦੂਸਰੀ ਗੱਲ ਪੰਜਾਬੀ ਦੇ ਵਿੱਚ ਕਿਹੋ ਜਿਹਾ ਹੁਣ ਇੰਗਲਿਸ਼ ਦੇ ਵਿੱਚ ਕਿਹੋ ਜਿਹਾ ਲੈਵਲ ਰਿਹਾ ਠੀਕ ਹੈ ਸਾਰਾ ਕੁਝ ਤੁਹਾਨੂੰ ਹਰੇਕ ਵੀਡੀਓ ਵਿੱਚ ਵੇਖਣ ਨੂੰ ਮਿਲੇਗਾ ਤਾਂ ਹੀ ਕਿੰਨਾ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਹਾਂਜੀ ਅੱਜ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਪੇਪਰ A ਜਿਸ ਨੂੰ ਲੈ ਕੇ ਬਹੁਤ ਕ ਬੱਚੇ ਇੱਕ ਟੈਨਸ਼ਨ 'ਚ ਨੇ ਉਹ ਪੰਜਾਬੀ ਨੂੰ ਕਮ ਸੇ ਕਮ 3 ਜਾਂ 4 ਘੰਟੇ ਐਗਜ਼ਾਮ ਲਈ ਦੋਸਤੋ ਹੁਣ ਅੱਜ 26 ਇੰਸਪੈਕਟਰ ਦੇ ਜਿਹੜੇ 2-3 ਪੇਪਰ ਹੋਏ ਆ ਜਾਂ ਫਿਰ ਜਿਹੜੇ ਪਹਿਲਾਂ ਹੋਏ ਆ 24-25 ਤੋਂ ਸ਼ੁਰੂ ਹੋਏ ਆ ਉਹਨਾਂ ਵਿੱਚ ਸਾਰੀ ਗ੍ਰਾਮਰ ਪੁੱਛੀ ਗਈ ਹੈ ਕਿਸੇ ਨੇ ਵੀ ਉਹਨਾਂ ਵਿੱਚ ਗੁਰੂ ਵਿਧੀ ਕਾਵ ਰਚਨਾ ਜਾਂ ਗੁਰੂਜ਼ ਰਿਲੇਟਡ ਕੋਈ ਕੁਐਸਚਨ ਨਹੀਂ ਪੁੱਛੇ ਠੀਕ ਹੈ ਬਸ ਸਿਰਫ ਗ੍ਰਾਮਰ ਹੀ ਗ੍ਰਾਮਰ ਹੈ ਗ੍ਰਾਮਰ ਦੇ ਵਿੱਚ ਵੀ ਕੀ ਹੈ ਮਹੀਨਿਆਂ ਦੇ ਨਾਮ ਹੋਗੇ ਵਿਰੋਧੀ ਸ਼ਬਦ ਵਚਨ ਬਦਲੋ ਲਿੰਗ ਬਦਲੋ ਨਾਂ ਪੰਡਾਵ ਦੀਆਂ ਕਿਸਮਾਂ ਕਿੰਨੀਆਂ ਜਿਹੜੇ ਵੀ ਆਪਣੇ ਉਹ ਹੁੰਦੇ ਆ ਤੇ ਬਾਕੀ ਹੋਰ ਵੀ ਜਿਹੜੀ ਨਿੱਕੀਆਂ ਮੋਟੀਆਂ ਚੀਜ਼ਾਂ ਗ੍ਰਾਮਰ ਦੇ ਵਿੱਚ ਆਉਂਦੀਆਂ ਉਹ ਬਹੁਤੇ ਸ਼ਬਦ ਨਹੀਂ ਤਾਂ ਇੱਕ ਸ਼ਬਦ ਇਹੋ ਜੀਆਂ ਚੀਜ਼ਾਂ ਜਾਂ ਮੁਹਾਵਰੇ ਨੂੰ ਪੂਰਾ ਕਰੋ ਮੁਹਾਵਰੇ ਦੇ ਵਿੱਚ ਇੱਕ ਅੱਖਰ ਉਹਨਾਂ ਨੇ ਉਡਾਇਆ ਹੁੰਦਾ ਉਸ ਦੇ ਵਿੱਚ ਫਿਲ ਕਰਨਾ ਹੁੰਦਾ ਚਾਰ ਆਪਸ਼ਨਾਂ ਵਿੱਚੋਂ ਮੇਨ ਗੱਲ ਹੈ ਤੁਸੀਂ 3 ਜਾਂ 400 300 ਜਾਂ 400 ਮਤਲਬ ਕਹਿੰਦਾ ਪਾ ਮੁਹਾਵਰੇ ਪੜ ਲਵੋ 300 ਜਾਂ 400 ਖਾਣਾ ਜਿਹੜੀਆਂ ਵੀ ਤੁਹਾਨੂੰ YouTube ਉੱਤੇ ਮਿਲਦੀਆਂ ਪੜ ਲਵੋ ਬਸ ਤੁਸੀਂ ਇੱਕ ਅੱਖਰ ਬੁੱਝਣਾ ਵੀ ਕਿਹੜਾ ਹੈਗਾ ਉਹ ਤੁਹਾਡੇ ਜੇ ਅਗਰ ਪੜੀ ਹੋਊਗੀ ਤੁਹਾਡੇ ਦਿਮਾਗ ਦੇ ਵਿੱਚ ਉੱਥੇ ਹੀ ਮਤਲਬ ਕੀ ਕਲਿੱਕ ਕਰ ਜਾਵੇਗੀ ਤੇ ਦੂਸਰੀ ਗੱਲ ਹੈ ਪੰਜਵਾਂ ਦੇ ਵਿੱਚੋਂ 25 ਨੰਬਰ ਲੈਣੇ ਬਹੁਤ ਸੌਖੇ ਨੇ ਬਾਕੀ ਤੁਸੀਂ ਮੇਨ ਗੱਲ ਹੈ ਵੀ ਫੋਕਸ ਜ਼ਿਆਦਾ ਗ੍ਰਾਮਰ ਤੇ ਕਰਨਾ ਹੈ ਕਾਵ ਰਚਨਾ ਨੂੰ ਛੱਡ ਦਿਓ ਜਿਹੜੀਆਂ ਗੁਰੂ ਜੇ ਲੋਕਨਾਚ ਲੋਕਗੀਤ ਇਹ ਥੋੜੇ ਬੋਤੇ ਘੱਟ ਕਰਕੇ ਜਾਓ ਦਿਮਾਗ ਤੇ ਬੋਝ ਪਾਣ ਵਾਲੀ ਗੱਲ ਹੀ ਹੈ ਕਿਉਂਕਿ ਪਿਛਲੇ ਪਹਿਲੇ ਪਹਿਲੇ ਇਗਜ਼ਾਮਾਂ ਵਿੱਚ ਉਹਨਾਂ ਨੇ ਨਵੇਂ-ਨਵੇਂ ਇਗਜ਼ਾਮਾਂ ਵਿੱਚ ਜ਼ਰੂਰ ਕੁਝ ਨਾ ਕੁਝ ਇਹੋ ਜਿਹਾ ਪਾਇਆ ਹੋਣਾ ਹੈ ਬਟ ਜਿਨੇ ਵੀ ਸਬ ਇਨਸਪੈਕਟਰ ਦੇ ਇਗਜ਼ਾਮ ਹੋਏ ਆ ਜਾਂ ਫਿਰ ਹੁਣ ਕਨਸਟੇਬਲ ਦੇ ਅੱਗੇ ਹੋਣਗੇ ਉਹਨਾਂ ਵਿੱਚ ਮੈਨੂੰ ਲੱਗਦਾ ਗ੍ਰਾਮਰ ਹੀ ਆਵੇਗੀ ਜ਼ਿਆਦਾਤਕ ਬਾਕੀ 31 ਜੁਲਾਈ ਤੱਕ ਮੈਂ ਐਨਾਲਿਸਿਸ ਕਰਦਾ ਪਿਆ ਹਰੇਕ ਇਗਜ਼ਾਮ ਨੂੰ ਹਰੇਕ ਕੁਐਸਚਨ ਪੇਪਰ ਨੂੰ ਮੈਂ ਲੈ ਰਿਹਾ ਜਿੱਥੋਂ ਜਿੱਥੋਂ ਮੈਨੂੰ ਮਿਲ ਰਿਹਾ ਕੁਐਸਚਨ ਠੀਕ ਹੈ ਜੀ ਉਹ ਮੈਂ ਸਾਰੇ ਨੂੰ ਐਨਾਲਿਸਿਸ ਕਰਕੇ ਤੁਹਾਨੂੰ ਇੱਕ ਇੱਕ ਟਾਈਪ ਦੱਸੂਗਾ ਕੁਐਸਚਨ ਮੈਥ ਦੀ ਕੀ ਆ ਰਹੀ ਹੈ ਤੇ ਤੁਸੀਂ ਕਨਸਟੇਬਲ ਲਈ ਉਵੇਂ ਤਿਆਰ ਹੋ ਜਾਓ ਠੀਕ ਹੈ ਜੀ ਤੇ ਬਾਕੀ ਮੇਰੇ ਦੋਸਤੋ ਮੇਰੀ ਗੱਲ ਸੁਣੋ ਪੀਪਰ ਨੂੰ ਲਾਈਟਲੀ ਬਿਲਕੁਲ ਨਹੀਂ ਉਹ ਕਨਸਟੇਬਲ ਦਾ ਕਿਉਂਕਿ ਉਹ ਇਦੋਂ ਵੀ ਜ਼ਿਆਦਾ ਹਾਈ ਲੈਵਲ ਦਾ ਆਵੇਗਾ ਉਸ ਦਾ ਕਾਰਨ ਕੀ ਹੈ ਆਪਣੇ 2.5 ਲੱਖ ਦੇ ਕਰੀਬ ਬੱਚਿਆਂ ਨੇ ਭਾਤੀ ਭਰੀ ਹੈ TCS ਜਿਹੜੀ ਐਗਜ਼ਾਮ ਕੰਡਕਟ ਜਦੋਂ ਕਰਾਂਦੀ ਹੈ ਉਸ ਦੇ ਵਿੱਚ ਕੀ ਕਰਦੀ ਹੈ ਵੀ ਪੀਪਰ ਦਾ ਲੈਵਲ ਆਏ ਨਹੀਂ ਵੇਖਦੀ ਵੀ ਬੱਚਿਆਂ ਦਾ ਪਲੱਸ 2 ਲੈਵਲ ਦਾ ਪੀਪਰ ਪਾਣਾ ਉਹ ਇਹ ਵੇਖਦੀ ਹੈ ਵੀ ਕਿੰਨੇ ਬੱਚਿਆਂ ਨੇ ਪੀਪਰ ਭਰਿਆ ਉਸ ਦੇ ਵਿੱਚੋਂ ਕ੍ਰੈਕ ਕਿੰਨੇ ਕਿ ਮਤਲਬ ਪਰਸੈਂਟੇਜ ਵਾਲੇ ਕਰ ਸਕਦੀ ਨਹੀਂ ਕਿਉਂਕਿ ਆਮ ਪੀਪਰ ਤਾਂ ਹਰ ਕੋਈ ਜਣਖਣਾ ਕਰ ਲਵੇਗਾ ਬਟ ਜਿਹੜੇ ਕਈ ਕੁਸ਼ਨ ਇਹੋ ਜਿਹੇ ਪਾ ਦਿੰਦੇ ਨੇ ਜਿਹੜਾ ਸਿਰਫ ਉਹੀ ਬੱਚਾ ਕਰ ਸਕਦਾ ਜਿਸ ਦੇ ਬਸ ਜ ਪੱਕਾ ਹੋਵੇ ਮਜ਼ਬੂਤ ਹੋਵੇ ਜਿਸ ਨੇ ਉਹੋ ਜਿਹੇ ਟਾਈਪਸ ਡੇਲੀ ਕੀਤੀ ਹੁਣ ਆਪਣੀ ਡੇਲੀ ਰੁਟੀਨ ਵਿੱਚ ਜਿਹੜਾ ਪ੍ਰੈਕਟਿਸ ਕਰ ਰਿਹਾ ਤੇ ਬਾਕੀ ਜਿਹੜੇ ਨੋਰਮਲ ਬੱਚੇ ਆ ਉਹ ਨੰਬਰ 60 70 ਦੇ ਕਰੀਬ ਤਾਂ ਲੈ ਹੀ ਜਾਂਦੇ ਕਿਉਂਕਿ ਉਹਨਾਂ ਨੂੰ ਇੰਨਾ ਕੁ ਤਾਂ بیس ਕਲੀਅਰ ਹੁੰਦਾ ਹੀ ਹੈ ਰੀਜ਼ਨਿੰਗ ਇੰਗਲਿਸ਼ ਪੰਜਾਬੀ ਜਾਂ ਫਿਰ ਹੋਰ ਜਿਹੜੇ ਮਤਲਬ ਨਿੱਕੇ ਮੋٹے ਸਬਜੈਕਟ ਆ ਉਹਨਾਂ ਨਾਲ ਆਪਣੇ 60 70 ਤੱਕ ਐਗਜ਼ਾਮ ਦੇ ਨੰਬਰ ਪਹੁੰਚ ਜਾਂਦੇ ਆ ਮੇਨ ਗੱਲ ਹੈ ਆਪਾਂ 3 ਨੰਬਰ ਜਿਹੜੇ ਲਾਸਟ ਵਾਲੇ ਹੁੰਦੇ ਆ ਜਿਸ ਦੇ ਵਿੱਚ ਹੁੰਦਾ ਮੈਥ ਹੋ ਗਿਆ ਜਾਂ ਫਿਰ ਤੁਹਾਡੀ ਜੀਕੇ ਹੋ ਗਈ ਜਾਂ ਪੋਲੀਟੀ ਵਗੈਰਾ ਜੋ ਵੀ ਕੁਝ ਆਂਦਾ ਹੈ ਸਬਜੈਕਟ ਉਹ ਕਿਰਪਾ ਕਰਕੇ ਮੈਂ ਤੁਹਾਨੂੰ ਇਹੀ ਕਰਦਾ ਵੀ ਤੁਸੀਂ ਜਿੰਨੇ ਵੀ ਪੰਜਾਬ ਦੀ ਜੀਕੇ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੜੋ ਐਨਾ ਸੋਚੋ ਵੀ ਸਿਰਫ ਗੁਰੂਜ਼ ਪੜਨੇ ਆ ਇਤਿਹਾਸ ਵੀ ਪੜੋ ਇਤਿਹਾਸ ਦੇ ਵਿੱਚ ਇਕਨੋਮੀ ਵੀ ਪੜੋ ਪੜੋ ਤੇ ਪੋਲੀਟੀ ਵੀ ਪੜੋ ਤੇ ਤੁਹਾਨੂੰ ਪਤਾ ਹੋਵੇ ਕਿਹੜਾ ਮੁੱਖ ਮੰਤਰੀ ਕਦੋਂ ਬਣਿਆ ਕਿਹੜੇ ਕਿਹੜੇ ਰਾਜ ਕਦੋਂ ਮਤਲਬ ਅਲੱਗ ਹੋਏ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਕਵਰ ਹੋਣ ਤਾਂ ਹੀ ਤੁਸੀਂ ਕਰੈਕ ਕਰ ਪਾਉਗੇ ਕਿਉਂਕਿ ਹੁਣ ਪੇਪਰ ਦਾ ਲੈਵਲ ਬਹੁਤ ਨਿੱਕੇ ਨਿੱਕੇ ਕੁਐਸਚਨ ਮਤਲਬ ਪੁੱਛੇ ਜਾ ਰਹੇ ਆ ਜਿਹੜੇ ਕਿ ਤੁਹਾਨੂੰ ਆਂਦੇ ਹੁੰਦੇ ਆ ਪਰ ਉੱਥੇ ਤੁਹਾਡੇ ਕਲਿੱਕ ਨਹੀਂ ਕਰਦੇ ਦਿਮਾਗ ਦੇ ਵਿੱਚ ਸੋ ਬੇ ਬੇਟਾ ਹੁਣ ਤੁਸੀਂ ਜਿਹੜੀ ਤਿਆਰੀ ਕਰ ਰਹੇ ਹੋ ਉਸ ਨੂੰ ਹੋਰ ਦੁੱਗਣੀ ਕਰ ਦਵੋ ਸਬ ਇੰਸਪੈਕਟਰ ਦੇ ਜਿਹੜੇ ਐਗਜ਼ਾਮ ਦੇ ਕੇ ਆਏ ਉਹਨਾਂ ਨੂੰ ਤਾਂ ਪਤਾ ਹੈ ਲੈਵਲ ਕੀ ਚੱਲ ਰਿਹਾ ਬਟ ਜਿਹੜੇ ਨਹੀਂ ਦੇ ਕੇ ਐਗਜ਼ਾਮ ਉਹਨਾਂ ਦੇ ਮਨ ਦੇ ਉੱਤੇ ਇਹ ਹੈ ਵੀ ਸੋਖਾ ਹੀ ਹੋਵੇਗਾ ਪੇਪਰ ਬਟ ਬੇਟਾ ਇਹੋ ਜਿਹਾ ਕੋਈ ਗੱਲ ਨਹੀਂ ਹੁੰਦੀ ਵੀ ਪੇਪਰ ਜਿਹੜਾ ਹੁੰਦਾ ਉਹ ਬਹੁਤ ਉੱਚੇ ਲੈਵਲ ਦਾ ਪਾਣਗੇ ਹੁਣ ਉਹਨਾਂ ਨੇ ਤੁਹਾਨੂੰ ਮਤਲਬ ਕਿ ਵੱਟ ਕੱਢ ਦੇਣੇ ਆ ਕਨਸਟੇਬਲ ਦੇ ਵਿੱਚ ਕਿਉਂਕਿ ਬਹੁਤ ਬੱਚਿਆਂ ਨੇ ਪੇਪਰ ਭਰਿਆ ਹੈ 1700 ਬੱਚੇ ਸਿਲੈਕਟ ਕਰਨੇ ਆ ਜਿਸ ਦੇ ਵਿੱਚ ਮਤਲਬ ਕਿ ਕੋਈ ਖਾਲਾ ਜੀ ਦਾ ਵਾੜਾ ਨਹੀਂਗਾ ਤੇ ਤੁਹਾਨੂੰ ਪਤਾ ਹੈ 5-6000 ਤਾਂ ਬੱਚਾ ਉਹੀ ਭਰਤੀ ਦੇ ਲਈ ਚੁਣੇਦੇ ਆ ਜੋ 3 ਗੁਣਾ ਜਾਂ 4 ਗੁਣਾ ਜਦੋਂ ਮੈਡੀਕਲ ਟ੍ਰਾਇਲ ਆ ਫਿਜ਼ੀਕਲ ਜੋ ਵੀ ਤੁਸੀਂ ਕਹਿ ਰਹੇ ਨੇ ਹੋ ਤੇ ਉਸ ਦੇ ਵਿੱਚ ਵੀ ਜੇ ਅਗਰ ਜਾਣਾ ਹੈ ਤਾਂ ਬੱਚਿਆਂ ਨੂੰ ਮਤਲਬ ਕਹਿੰਦਾ ਪਾ ਪੇਪਰ ਦਾ ਲੈਵਲ ਥੋੜਾ ਜਿਹਾ ਹਾਈ ਰੱਖਣਗੇ ਤਾਂ ਕਿ 2.5 ਲੱਖ ਦੇ ਵਿੱਚੋਂ ਸਾਨੂੰ ਵਧੀਆ ਕਰੀਮ ਬੱਚੇ ਮਿਲ ਸਕਣ ਠੀਕ ਹੈ ਜੀ ਸੋ ਠੀ ਹੁਣ ਤਿਆਰੀ ਤੁਸੀਂ ਆਪਣੀ ਖਿੱਚ ਦਵੋ ਬਿਲਕੁਲ ਵੀ ਇੱਕ ਵੀ ਦਿਨ ਵੇਸਟ ਪਰੇ ਮਜਬੂਤੀ ਨਾਲ ਲਗਾਓ ਮੰਨ ਨੂੰ ਪੂਰਾ ਦ੍ਰਿੜ ਰੱਖੋ ਕੋਈ ਵੀ ਮਤਲਬ ਕੀ ਆਪਣੇ ਦੋਸਤਾਂ ਯਾਰਾਂ ਮਿੱਤਰਾਂ ਦੀ ਇੱਕ ੜੀ ਸਰਕਲ ਘਟਾ ਦੋ ਵੋ ਹਾਂ ਬਸ ਆਪਣਾ ਫੋਕਸ ਇੱਕ ਸਟੱਡੀ ਤੇ ਰੱਖੋ ਬਾਕੀ YouTube ਨਾਲ ਜੁੜੇ ਰਹੋ ਉੱਥੇ ਤੁਹਾਨੂੰ ਨਵਾਂ ਨਵਾਂ ਮੈਟਰ ਵੇਖਣ ਨੂੰ ਮਿਲੇਗਾ ਕੋਈ ਆਪਣਾ ਪ੍ਰਾਣੀਆਂ ਬੁੱਕਸ ਨੂੰ ਫੋਲੋ ਕਰਨ ਨਾਲੋਂ ਨਵੀਆਂ ਚੀਜ਼ਾਂ ਫੋਲੋ ਕਰੋ ਠੀਕ ਹੈ ਜੀ ਸੋ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਸੈਕਸ਼ਨ ਵਿੱਚ ਆਪਣੇ ਸੁਝਾਅ ਪੁੱਛਿਓ ਬੈਲ ਆਈਕਨ ਪ੍ਰੈਸ ਕਰਨਾ ਬਿਲਕੁਲ ਨਾ ਭੁੱਲਿਓ ਤੁਹਾਡੇ ਲਈ ਹਮੇਸ਼ਾ ਹਾਜ਼ਰ ਰਹਿਣਾ ਸੀ ਠੀਕ ਹੈ ਜੀ